ਤੁਸੀਂ ਉਸ ਤੋਂ ਬੈਕ ਅਗੇਨ ਵਿਦਾਨਾ ਦਾ ਪੂਰਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਠੀਕ ਠਾਕ ਤੇ ਆਪਣੇ ਘਰੇ ਹੋਣਗੇ ਇੰਜੋਏ ਕਰਦੇ ਹੋਣਗੇ ਮੇਰੀ ਆਵਾਜ਼ ਬਹੁਤ ਘੱਟ ਆਉਂਦੀ ਹੋਣੀ ਜਾਂ ਇੱਕ ਮਿਊਜ਼ਿਕ ਲਾਇਆ ਗਰਾਜ ਵਾਲਿਆਂ ਨੇ ਤੇ ਮੈਂ ਚੱਲਣਾ ਸੀ ਅੱਜ ਟੂਰ ਆ ਮੇਰੇ ਨਾਲ ਭੁਪਿੰਦਰ ਸਿੰਘ ਕੈਮਰਾਮੈਨ ਤੇ ਮੈਂ ਕਹਿਣਾ ਚਾਹੁੰਦਾ ਕੈਮਰਾਮੈਨ ਥੋੜ੍ਹਾ ਅੱਗੇ ਆ ਜਾ ਕਿਉਂਕਿ ਸਪੀਕਰ ਦੀ ਆਵਾਜ਼ ਫੇ ਆਉਂਦੀ ਅੱਜ ਚੱਲਿਆ ਜਿਹੜਾ ਪਲੈਨ ਮੈਂ ਬਾਰਸਲੋਨਾ ਜਾਣ ਦਾ ਆ ਮੇਰਾ ਫਰੈਂਡ ਆ ਅੱਜ ਵੀ ਜਿਹੜਾ ਉਹ ਫਰੈਂਡ ਨੂੰ ਮਿਲਣ ਜੋ ਪਹਿਲਾਂ ਪਲਮਾ ਦੇ ਮਯੋਰਕਾ ਸੀ ਤੇ ਉੱਥੇ ਅੱਜ ਆਇਆ ਤੇ ਮੈਂ ਉਹਨਾਂ ਇੱਥੇ ਆਪਾਂ ਦੱਸਾਂਗੇ ਕੀ ਕਿਹੜੀ ਕਦੋਂ ਆਇਆ ਅੱਜ ਕੀ ਚੱਕਰ ਪੈ ਗਿਆ ਨਾ ਬਾਕੀ ਮੈਂ ਗੱਡੀ ਲੈਣ ਆਇਆ ਤੇ ਗੱਡੀ ਆਪਣੀ ਸਟਾਰਟ ਕਰਕੇ ਤੇ ਮੈਂ ਇੱਥੇ ਤੋਪਣਾ ਸੇਫਟੀ ਦੇ ਪਰ ਇੱਥੇ ਪੈਣੀ ਪਾਉਣੀ ਪੈ ਗਈ ਆ ਕਿਉਂਕਿ ਇੱਥੇ ਮੀਂਹ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਅਤੇ ਗੱਡੀ ਵੀ ਮੈਂ ਸਾਈਡ 'ਤੇ ਪਾਰਕਿੰਗ ਕਰ ਦਿੱਤੀ ਆ ਅਤੇ ਰਸ਼ ਆਲੇ ਦੁਆਲੇ ਬਹੁਤ ਜ਼ਿਆਦਾ ਹੈ ਨਾਲੇ ਮੈਂ ਆਪਣੇ ਭਰਾ ਨੂੰ ਮਿਲਦਾ ਸੀ ਬਰਾੜ ਨੂੰ ਅਤੇ ਅਸੀਂ ਇਕੱਠਿਆਂ ਨੇ ਲਾਇਸੈਂਸ ਕੀਤਾ ਸੀ ਜਦੋਂ ਤਾਂ ਨਹੀਂ ਗਈ ਇਹਨੂੰ ਪਤਾ ਹੋਣਾ ਕਿ ਮੈਂ ਗਾਂਧੀਆ ਕਰਕੇ ਆਇਆ ਲਾਇਸੈਂਸ ਅਤੇ ਤੁਹਾਨੂੰ ਜਿਹੜੇ ਦੱਸੋ ਅਤੇ ਜਿਹੜੇ ਵੀਰ ਨਹੀਂ ਹੈ ਜਿਹੜਾ ਪਤਾ ਕਿ ਹਾਂ ਵੀ ਕਿਤੇ ਗਾਂਧੀਆ ਵੀ ਹੋ ਜਾਂਦਾ ਆ ਉਹ ਪੜ੍ਹ ਕੇ ਹੋ ਜਾਂਦਾ ਪੰਜਾਬੀ 'ਚ ਜਿਹੜਾ ਨਹੀਂ ਪਾਲਮਾ ਵੀ ਕਰਾਉਂਦੇ ਪੰਜਾਬੀ 'ਚ ਪਿਓ ਹੁਣ ਉੱਥੇ ਬੰਦਾ ਆ ਗਿਆ ਅਤੇ ਪਾਲਮਾ ਵੀ ਪਾਲਮਾ ਮਯੋਰਕਾ ਦੇ ਵੀ ਕਰਾਉਂਦੇ ਆ ਅਤੇ ਗਾਂਧੀਆ ਵੀ ਕਰਾਉਂਦੇ ਆ ਬਾਕੀ ਤਾਂ ਮੈਂ ਜੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਤਾਂ ਸੰਸਦ ਦੀ ਉੱਥੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਆ ਇੰਸਟਾਗ੍ਰਾਮ 'ਤੇ ਲਿਖੀ ਆਉਂਦੀ ਹੋਊਗੀ ਅਤੇ ਹੁਣ ਚੱਲੇ ਹਾਂ ਆ ਚਲੀਏ ਅਤੇ ਚੱਲੇ ਨੇ ਐਪਲ ਸਟੋਰ ਕੁਛ ਸਪੈਸ਼ਲ ਟਾਈਮ ਚੱਲੇ ਆ ਜੇ ਸਾਨੂੰ ਮਿਲ ਗਏ ਇਸ ਕਰਕੇ ਅਸੀਂ ਚੱਲੇ ਹਾਂ ਅਤੇ ਆ ਚਲੀਏ ਆ ਜਾਓ ਤੇ ਸਪੈਸ਼ਲ ਬੰਦਾ ਪਲਮਾ ਮਯੋਰਕਾ ਤੋਂ ਆਇਆ ਮੈਨੂੰ ਮਿਲਣ ਹੈਨਾ ਸਪੈਸ਼ਲ ਬੰਦਾ ਆਇਆ ਤੇ ਕਹਿੰਦਾ ਸਾਲ ਬਾਅਦ ਮਿਲੇ ਸਾਲ ਬਾਅਦ ਅੱਜ ਦੇ ਦਿਨਾਂ 'ਚ ਅੱਜ ਦੇ ਦਿਨਾਂ 'ਚ ਗਾਂਧੀਆ ਫਿਰਦੇ ਸੀ ਅਤੇ ਸ਼ੇਰੋ ਸ਼ੇਰ ਕਰਦੇ ਸੀ ਕਰਦੇ ਸੀ ਰਾਤਾਂ ਨੂੰ ਮੈਂ ਬਹੁਤ ਇੰਜੋਏ ਕੀਤਾ ਯਾਰ ਜਿਹਨੇ ਜਿਹੜੇ ਗਾਂਧੀਆ ਰਹਿ ਕੇ ਆਏ ਉਹਨਾਂ ਨੂੰ ਪਤਾ ਕਿੰਨਾ ਇੰਜੋਏ ਹੁੰਦਾ ਯਾਰ ਅਤੇ ਕਿਸਮਤ ਆ ਉੱਥੇ ਵੀ ਕਈ ਲਾਇਸੈਂਸ ਹੋ ਜਾਂਦੇ ਆ ਤੇ ਕਈਆਂ ਤੋਂ ਨਹੀਂ ਹੁੰਦਾ ਠੀਕ ਹੈ ਲੈਣ ਬਹੁਤ ਲੰਬੀ ਲੱਗੀ ਆ ਲੈਣ ਬਹੁਤ ਲੰਬੀ ਲੱਗੀ ਆ ਹੁਣ ਤਾਂ ਪਹਿਲਾਂ ਦੋ ਜਣੇ ਐਂਟਰ ਕਰ ਸਕਦੇ ਹਾਂ ਜੇ ਚਾਰ ਜਣੇ ਪੰਜ ਜਣੇ ਆ ਸਿਰਫ ਦੋ ਜਣੇ ਐਂਟਰ ਕਰ ਸਕਦੇ ਹਾਂ ਮਾਸਕ ਦੀ ਮੈਂ ਲਾਈ ਥੋਗੀ ਮੇਰੀ ਆਵਾਜ਼ ਕਲੀਅਰ ਆਵੇ ਅਤੇ ਉੱਥੇ ਪਹਿਲਾਂ ਦੋ ਜਣੇ ਪੁੱਛ ਰਹੇ ਆ ਤੁਹਾਡਾ ਨਾਂ ਪੁੱਛ ਰਿਹਾ ਅਤੇ ਈਮੇਲ ਇਲੈਕਟ੍ਰੋਨਿਕ ਉਹ ਵੀ ਮੰਗਦੇ ਆ ਇੱਥੇ ਚੈੱਕ ਕਰਦੇ ਆ ਦੋ ਦੋ ਜਣੇ ਕਰਕੇ ਭੇਜਦੇ ਆ ਤੁਹਾਨੂੰ ਥਰਮਨਮੀਟਰ ਜਿਹੜਾ ਚੈੱਕ ਕਰਕੇ ਹੁੰਦਾ ਅਤੇ ਮੈਂ ਥੋੜ੍ਹੀ ਚੀਜ਼ ਲੈਣ ਆਇਆ ਜੇ ਬਾਬੇ ਦੀ ਉਮੀਦ ਉੱਥੇ ਮਿਲ ਜਾਵੇ ਤਾਂ ਮੈਂ ਅਰਦਾਸ ਕਰਦਾ ਬਾਕੀ ਇੱਥੇ ਆਲੇ ਦੁਆਲੇ ਦੇਖ ਸਕਦੇ ਹਾਂ ਕਿੰਨਾ ਰਸ਼ ਆ ਇਹ ਮੇਨ ਜਗ੍ਹਾ ਹੁੰਦਾ ਇੱਥੇ ਨੋਰਮਲ ਬਹੁਤ ਜ਼ਿਆਦਾ ਰਸ਼ ਹੁੰਦਾ ਐਤਕੀ ਅੱਜ ਬਹੁਤ ਘੱਟ ਆ ਅਤੇ ਇਹਦਾ ਨੋਰਮਲ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਅਤੇ ਲੋਕ ਦੂਰੋਂ ਦੂਰੋਂ ਇੱਥੇ ਦੇਖਣ ਆਉਂਦੇ ਆ ਅਤੇ ਬਹੁਤ ਘੈਂਟ ਘੈਂਟ ਜਗ੍ਹਾ ਆ I promise that I've never felt this way I really hope that you will choose to stay through all the pain I know you told your friend you're not okay And tell me what's wrong and why you never said you felt that way Guess you're trying to stay strong and fake a smile until I look away But I've known you too ਬਹੁਤ ਜ਼ਿਆਦਾ ਹੈਪੀ ਹਾਂ ਮੈਂ ਔਡਰ ਕੀਤੀ ਸੀ ਪਰ ਔਡਰ ਕੈਂਸਲ ਹੋ ਗਿਆ ਸੀ ਪਤਾ ਨਹੀਂ ਕਿੱਦਾਂ ਉਹਦੇ ਹੁਣ ਮੈਨੂੰ ਪੈਸੇ ਉਹਦੇ ਤੋਂ ਵਾਪਸ ਆ ਜਾਣੇ ਕੋਈ ਚੱਕਰ ਨਹੀਂ ਪਰ ਮੈਂ ਅੱਜ ਮੈਂ ਸਪੈਸ਼ਲ ਬਰਾੜ ਨੂੰ ਮਿਲਣ ਆਇਆ ਸੀ ਅਤੇ ਤੈਨੂੰ ਪਤਾ ਹੀ ਆ ਅਤੇ ਨਾਲ ਸਪੈਸ਼ਲ ਚੀਜ਼ ਲੈਣ ਆਇਆ ਸੀ ਜਿਹੜੀ ਚੀਜ਼ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਅਤੇ ਆਹ ਦੇ ਸਕਦੇ ਚੀਜ਼ ਦੇ ਸਕਦੇ ਹਾਂ ਚੀਜ਼ ਬਹੁਤ ਘੈਂਟ ਆ ਅਤੇ ਬਹੁਤ ਜ਼ਿਆਦਾ ਬੈਸਟ ਆ ਅਤੇ ਇਹ ਮੈਨੂੰ ਬਹੁਤ ਚਾਹੀਦੀ ਇਹਦੀ ਉਮੀਦ ਸੀ ਕਿ ਮੈਂ ਲਵਾਂ ਕਦੋਂ ਲਵਾਂ ਕਦੋਂ ਲਵਾਂ ਫਾਈਨਲ ਅੱਜ ਦਿਨ ਆ ਗਿਆ ਕਿ ਮੈਂ ਇਹ ਲੈ ਲਈ ਆ ਅਤੇ ਤੁਸੀਂ ਦੇਖ ਰਹੇ ਬਾਰਸਲੋਨ ਦੇ ਵਿੱਚ ਅਤੇ ਹੁਣ ਆਪ ਜਿੱਥੇ ਮਰਜ਼ੀ ਲੈ ਸਕਦੇ ਹਾਂ ਕੋਈ ਵੀ ਲੈ ਸਕਦੇ ਹਾਂ ਇਹਦੀ ਮੈਂ ਅਲੱਗ ਵੀਡੀਓ ਕਰੂੰਗਾ ਕਿੰਨੇ ਦਾ ਆਇਆ ਕੀ ਹਿਸਾਬ ਕਿਤਾਬ ਆ ਕੀ ਕਿੱਦਾਂ ਚੱਲਿਆ ਅਤੇ ਕਿੰਨੇ ਕਿਲੋਮੀਟਰ ਜਾ ਸਕਦਾ ਇਹਦੀ ਅਲੱਗ ਵੀਡੀਓ ਕਰਦੇ ਹਾਂ ਅਤੇ ਬਾਕੀ ਮੈਂ ਹੁਣ ਇੱਥੇ ਬਾਹਰ ਜਾਂਦਾ ਹਾਂ ਅਤੇ ਮੈਂ ਬਹੁਤ ਖੁਸ਼ ਹਾਂ ਮੈਂ ਤੁਸੀਂ ਵੀ ਕਮੈਂਟਾਂ 'ਚ ਦੱਸਿਆ ਤੁਹਾਨੂੰ ਕਿੱਦਾਂ ਲੱਗਿਆ ਤੁਹਾਨੂੰ ਇਹ ਮੈਨੂੰ ਲੈਣਾ ਚਾਹੀਦਾ ਸੀ ਕਿਤਾ ਨਹੀਂ ਅਤੇ ਇੱਥੇ ਮੈਂ ਦੱਸੂ ਕਿੱਥੇ ਪਰਮਿਸ਼ਨ ਹੈਗੀ ਹੈ ਕਿੰਨੇ ਦਾ ਆ ਤੇਰੇ ਕੀ ਪੇਪਰ ਕਰਨੇ ਪੈਂਦੇ ਆ ਬਾਕੀ ਬਾਹਰ ਜਾ ਕੇ ਗੱਲ ਕਰਦੇ ਹਾਂ
ਜਿੱਥੇ ਤੁਹਾਨੂੰ ਪਤਾ ਹੋਣਾ ਜਿਹੜੇ ਬਾਰਸਨ ਬੜੀ ਬੜੀ ਦੇਖੀ ਉੱਥੇ ਵੀ ਉਸ ਟਾਈਮ ਤੇ ਪਾਰਕ ਜਾਇਆ ਕਿ ਜਿਹੜਾ ਰਾਜਿੰਦਰ ਕਾ ਵਾਹ ਥਲੇ ਗੱਡੀ ਪਾਰਕਿੰਗ ਲਾ ਕੇ ਆ ਗਏ ਆ ਤੇ ਪਹਿਲੀ ਵਾਰ ਆਈ ਆ ਤੁਸੀਂ ਜੇ ਬਾਰਸਨ ਵਾਲੀ ਦੇਖੀ ਹੋਣੀ ਵੀਡੀਓ ਜੋ ਦੇਖਿਆ ਹੁਣ ਕਿੱਦਾਂ ਉਹ ਵੀ ਜਗ੍ਹਾ ਇੱਥੇ ਅਸੀਂ ਆਏ ਹਾਂ ਇੱਥੇ ਉਸ ਰਾਤ ਨੂੰ ਆਇਆ ਸੀ ਅੱਜ ਦਿਨੇ ਆਇਆ ਤੇ ਆ ਜਾਓ ਆਪਾਂ ਜਾਣਾ ਇੱਧਰ ਨੂੰ ਤੇ ਮੇਰੀ ਆਵਾਜ਼ ਥੋੜ੍ਹੀ ਘੱਟ ਆਉਂਦੀ ਹੋਣੀ ਕਿਉਂਕਿ ਮੈਂ ਮਾਈਕ ਨਹੀਂ ਯੂਜ਼ ਕੀਤਾ ਨਾ ਮੈਂ ਕੈਮਰਾ ਨਾਲ ਵੀਡੀਓ ਬਣਾ ਰਿਹਾ ਪਰ ਮੀਂਹ ਪੈਂਦਾ ਸੀ ਇਸ ਕਰਕੇ ਮੈਂ ਕਿਹਾ ਛੱਡ ਯਾਰ ਮਾਈਕ ਵੀ ਮੈਂ ਲਾਇਆ ਕਿਉਂਕਿ ਭਾਈ ਗਿੰਬਲ ਨਾਲ ਥੋੜ੍ਹਾ ਸਾਂਭਣਾ ਔਖਾ ਜਾਂਦਾ ਮੇਰੇ ਲਈ ਵੀ ਦੇਖੂੰਗਾ ਕੁਛ ਸੈਟਮੈਂਟ ਮਾਈਕ ਛੋਟਾ ਜਿਹਾ ਲਊਂਗਾ ਅਤੇ ਉਹਦੇ ਨਾਲ ਮੇਰੀ ਆਵਾਜ਼ ਵੀ ਸਹੀ ਆਊਗੀ ਬਾਕੀ ਵੀ ਇੱਥੇ ਰੌਣਕ ਦੇ ਸਕਦੇ ਹਾਂ ਮਾਸਕ ਕਰੀਏ ਕਿਸੇ ਨੇ ਪਾਈ ਨਹੀਂ ਆ ਬਾਕੀ ਯਾਰ ਆਪਾਂ ਕਿਸੇ ਨੂੰ ਮਗਰ ਨਹੀਂ ਲੱਗਣਾ ਆਪਾਂ ਆਪਣੀ ਸੇਫਟੀ ਰੱਖਣੀ ਮੈਂ ਵੀ ਮਾਸਕ ਕਰੀਏ ਪਾਉਣ ਲੱਗਾ ਥੋੜ੍ਹੇ ਚਿਰ ਤੱਕ ਥੋੜ੍ਹੇ ਚਿਰ ਤੱਕ ਨਹੀਂ ਹੋਣੀ ਆਪਾਂ ਹੈਂ ਨਹੀਂ ਲੱਗਾ ਬਸ ਭਾਈ ਚੀਜ਼ ਬਣਦੀ ਹੈ ਉੱਥੇ ਬਹੁਤ ਸਵਾਦ ਹੋ ਜੇ ਤੁਸੀਂ ਵੀ ਆਓਗੇ ਪਲੀਜ਼ ਬਾਰਸਨ ਇੱਕ ਵਾਰੀ ਚੈੱਕ ਕਰਿਓ ਨਾਲੇ ਜ਼ਿਆਦਾ ਮਹਿੰਗਾ ਨਹੀਂ ਥਾਲੀ ਹੁੰਦੀ 8 ਰੁਪਏ ਦੀ ਅਤੇ ਘੈਂਟ ਚੀਜ਼ ਹੁੰਦੀ ਆ ਬਾਕੀ ਉੱਥੇ ਜਾ ਕੇ ਤੁਹਾਨੂੰ ਚੈੱਕ ਕਰਾਉਂਦੇ ਮੈਂ ਤਾਂ ਬਹੁਤ ਸਪੈਸ਼ਲ ਬਹੁਤ ਸਹੂਲਤਾਂ ਨਾਲ ਤੁਹਾਨੂੰ ਗਲਾਸ ਪਾਣੀ ਚੱਜ ਫਰਾਉਣ ਕੇ ਤੁਹਾਨੂੰ With this feeling I can leave I'm working Try to do this every day, call it replication. Wake up, today's gonna be a good day. Wake up, today's gonna be a good day. Wake up. ਅੱਜ ਭਾਈ ਇੱਥੇ ਵੀਕਐਂਡ ਦੇ ਹਮੇਸ਼ਾ ਰਸ਼ ਹੁੰਦਾ ਅਤੇ ਅੱਜ ਉਹਨੀ ਓਪਨ ਕਰਕੇ ਹਟੇ ਭਾਜੀ ਅਤੇ ਭਾਈ ਮੇਰੀ ਹਰੇਕ ਵੀਡੀਓ ਦੇਖਦੇ ਜਦੋਂ ਵੀ ਉਹਨਾਂ ਭਾਈ ਨੂੰ ਪਤਾ ਅਤੇ ਭਾਈ ਕਿੱਦਾਂ ਲਾਈਕ ਕਰਦੇ ਕਿ ਸ਼ੇਅਰ ਕਰਦੇ ਕਿ ਨਹੀਂ ਕਰਦੇ ਕਰਦਾ ਹੁਣ ਭਾਈ ਨੂੰ ਪਤਾ ਕਿ ਜਦੋਂ ਵੀ ਉਹਨਾਂ 'ਤੇ ਐਂਡ ਸਰਵਿਸ ਤੁਹਾਡੀ ਜਿਹੜੀ ਵਧੀਆ ਹੁੰਦੀ ਹੈ ਨਾਲੇ ਖਾਣਾ ਤੁਹਾਨੂੰ ਇੱਕ ਵਾਰ ਟੇਸਟ ਕਰੋਗੇ ਤੁਹਾਨੂੰ ਪਤਾ ਲੱਗ ਜੂ ਕਿੰਨਾ ਵਧੀਆ ਇੱਥੇ ਆ ਅਤੇ ਜ਼ਿਆਦਾਤਰ ਲੋਕਾਂ ਨੂੰ ਆਪਣੇ ਪੰਜਾਬੀ ਨੂੰ ਪਤਾ ਹੀ ਹੈ ਜਿਹੜਾ ਨਹੀਂ ਪਤਾ ਪਲੀਜ਼ ਆ ਕੇ ਚੈੱਕ ਕਰੋ ਅਤੇ ਬਾਰਸਲੋਨਾ ਦੇ ਕਿੱਥੇ ਕੁ ਪੈਂਦਾ ਭਾਅ ਜੀ ਇਹ ਤੁਹਾਡਾ ਖਾਗਿਨ ਕੋਸਟਾ ਦੇ ਇੱਥੇ ਪੈਂਦਾ ਅਤੇ ਇੱਥੇ ਸੇਮ ਗਲੀਆਂ ਬਹੁਤ ਤੁਹਾਨੂੰ ਤੁਸੀਂ ਸਰਚ ਕਰੋਗੇ ਤਾਂ ਵਧੀਆ ਥੱਲੇ ਮੈਂ ਲਿੰਕ ਦੇ ਦੂੰਗਾ ਅਤੇ ਜਦੋਂ ਮੈਪ ਦਾ ਅਤੇ ਓਪਨ ਕਰੋਗੇ ਸਿੱਧਾ ਤੁਸੀਂ ਇੱਥੇ ਪਹੁੰਚੋਗੇ ਬਾਕੀ ਹੁਣ ਟੇਸਟ ਕਰਦੇ ਹਾਂ ਮੈਂ ਔਡਰ ਕਰਨ ਲੱਗਾ ਬਾਕੀ ਵਿਰਾਟ ਹੁਣ ਬਾਥਰੂਮ ਗਿਆ ਸੀ ਅਤੇ ਮੈਂ ਇੱਥੇ ਲੱਗਾ ਬੈਠਾ ਅਤੇ ਬਾਕੀ ਖਾਣ ਤੋਂ ਬਾਅਦ ਪਤਾ ਕਰਦੇ ਹਾਂ ਅਤੇ ਹੁਣ ਚੱਲੇ ਘਰ ਨੂੰ ਵਾਪਸ ਅਤੇ ਬਸ ਵੀਡੀਓ ਇੰਨੀ ਸੀ ਅੱਜ ਮੈਂ ਮਿਲਣਾ ਆਇਆ ਸੀ ਅਤੇ ਬਸ ਮੈਂ ਆਪਣਾ ਡਰੋਨ ਲੈ ਆਇਆ ਸੀ ਬਹੁਤ ਖੁਸ਼ ਹਾਂ ਮੈਂ ਡਰੋਨ ਦੀ ਤੁਹਾਨੂੰ ਅਪਡੇਟ ਮੈਂ ਬਾਅਦ ਦੂੰਗਾ ਕਿੱਦਾਂ ਕੀ ਹਿਸਾਬ ਕਿਤਾਬ ਆ ਡਰੋਨ ਤੁਹਾਨੂੰ ਕਿੱਦਾਂ ਲੱਗਾ ਬਹੁਤ ਵਧੀਆ ਅਤੇ ਮੈਂ ਚੀਜ਼ ਪਸੰਦ ਕਰਦਾ ਜੀ ਹੈ ਨਾ ਵਧੀਆ ਚੀਜ਼ ਯਾਰ ਵੀਡੀਓ ਬਹੁਤ ਵਧੀਆ ਬਣ ਗਈ ਨਾਲ ਉੱਪਰ ਸਾਰਾ ਵਿਊ ਤੁਹਾਨੂੰ ਵਧੀਆ ਮਿਲੂਗਾ ਬਾਕੀ ਬਸ ਆਪਣਾ ਇੰਜੋਏ ਕੀਤਾ ਅਤੇ ਮੈਂ ਵੀਡੀਓ ਘੱਟ ਬਣਾਈ ਕਿਉਂਕਿ ਬੰਦਾ ਪਹਿਲੀ ਵਾਰ ਮਿਲਿਆ ਜੀ ਉਹਨਾਂ ਨੂੰ ਤਾਂ ਚੰਗਾ ਨਹੀਂ ਲੱਗਦਾ ਪਏ ਕਿਉਂਕਿ ਵੀਡੀਓ ਬੰਦੇ ਨੂੰ ਟਾਈਮ ਸਪੈਂਡ ਕਰਨਾ ਚਾਹੀਦਾ ਨਾ ਕਿ ਮੈਂ ਵੀਡੀਓ 'ਚ ਲੱਗਾ ਰਵਾਂ ਅਤੇ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗੀ ਕਿ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਤੁਹਾਨੂੰ ਡਰੋਨ ਦੀ ਤੁਹਾਨੂੰ ਕਿੱਦਾਂ ਲੱਗਿਆ ਤੁਹਾਨੂੰ ਜੇ ਆਪਣੇ ਵਿਊ ਸਾਰੇ ਕਮੈਂਟ ਦੱਸਿਓ ਤੁਹਾਨੂੰ ਵਧੀਆ ਲੱਗਾ ਜੇ ਨਹੀਂ ਵਧੀਆ ਲੱਗਾ ਫਿਰ ਨਾ ਕੁਛ ਕਰ ਲਿਖੋ ਬਸ ਫਿਰ ਛੱਡ ਦਿਓ ਮਿਲਦੇ ਹਾਂ ਨੈਕਸਟ ਵੀਡੀਓ 'ਚ ਜਿਹੜੇ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਜਾ ਕੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ You get back.